ਸਾਰਿਆਂ ਦਾ ਉਮੀਦ ਕਰਦੇ ਤੁਸੀਂ ਸਾਰੇ ਜਿਹੜੇ ਵਧੀਆ ਹੋਵੋਗੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ YouTube ਚੈਨਲ ਰਿਤੂ ਰਮੇਸ਼ ਵਲੌਗਸ ਤੇ ਅੱਜ ਦਾ ਵਲੌਗ ਹੈ ਤਾਂ ਤੁਸੀਂ ਦੇਖ ਰਹੇ ਹੋਗੇ ਸਾਹਮਣੇ ਗੋਲਗੱਪਾ ਚੈਲੰਜ ਵਲੌਗ ਜਿਹੜਾ ਗੋਲਗੱਪਾ ਚੈਲੰਜ ਹੈ ਖਾਣ ਪੀਣ ਦੇ ਮਾਮਲੇ 'ਚ ਮੈਂ ਅੱਜ ਤੱਕ ਕੋਈ ਚੈਲੰਜ ਨਹੀਂ ਹਾਰਿਆ ਤੇ ਮੈਂ ਚਾਹੁੰਦਾ ਹੈ ਪਿੱਛੇ ਮੈਂ ਹਾਰ ਰਿਹਾ ਜਿਹਨੂੰ ਪਤਾ ਨਹੀਂ ਉਹ ਥੋੜਾ ਮੇਰਾ ਸਾਰਾ ਦਿਮਾਗ ਨਾਲ ਰਿਲੇਟਡ ਚੀਜ਼ਾਂ ਸੀਗੀਆਂ ਇਸ ਕਰਕੇ ਵਿਨਰ ਨਿਕਲੀ ਹੈ ਤੇ ਇਹ ਤਾਂ ਖਾਣ ਪੀਣ ਦੇ ਮਾਮਲੇ 'ਚ ਦਿਮਾਗ ਥੋੜਾ ਲੱਗਦਾ ਇਹਦਾ ਮੂੰਹ ਚੱਲਣਾ ਚਾਹੀਦਾ ਭੁਲੇਖੇ ਨਾ ਰਿਹਾ ਤੁਹਾਨੂੰ ਨਹੀਂ ਪਤਾ ਜਨਾਨੀਆਂ ਜਿਹੜੀਆਂ ਹੁੰਦੀਆਂ ਨਾ ਗੋਲਗੱਪੇ ਦੇ ਮਾਮਲੇ 'ਚ ਕਿੰਨੀਆਂ ਤੇਜ਼ ਹੁੰਦੀਆਂ ਖਾਣ ਦੇ ਮਾਮਲੇ 'ਚ ਦੇਖ ਲੈਂਦੇ ਆ ਤਾਂ ਹੀ ਤਾਂ ਚੈਲੰਜ ਚੱਲ ਰਿਹਾ ਦੇਖ ਲੈਂਦੇ ਆ ਚੈਲੰਜ ਕਰਕੇ ਪਹਿਲਾਂ ਦੇਖਦੇ ਆ ਬਾਅਦ 'ਚ ਡਿਸੀਜਨ ਲਾਵਾਂਗੇ ਹਾਂਜੀ ਕੋਲ ਦੇਖਦਾ ਇੱਕ ਹੋਰ ਗੱਲ ਕਹਿਣੀ ਸੀ ਮੈਡਮ ਨੇ ਅਸੀਂ ਜਿਹੜੇ ਗੋਲਗੱਪੇ ਆ ਨਾ ਉਹ ਰੱਖ ਲਏ ਆ 20-20 ਗੋਲਗੱਪੇ ਰੱਖੇ ਆ ਇਹਨਾਂ ਦੀ ਪਲੇਟ 'ਚ ਵੀ 20 ਗੋਲਗੱਪੇ ਆ ਮੇਰੀ ਪਲੇਟ 'ਚ ਵੀ 20 ਗੋਲਗੱਪੇ ਆ ਜਿਹੜਾ ਪਹਿਲਾਂ ਖਾ ਲੂਗਾ ਉਹ ਵਿਨਰ ਹੋਊਗਾ ਜਿਹਦੇ ਕੋਲ ਨਹੀਂ ਖਾਦੇਗੇ ਉਹ ਆ ਕੇ ਹਾਰ ਗਿਆ ਕਹਿੰਦਾ ਮਤਲਬ ਜਿਹਨੇ ਪਹਿਲੇ ਪਲੇਟ ਖਾਲੀ ਕਰਤੀ ਨਾ ਉਹ ਵਿਨਰ ਹੈ ਉਹ ਵਿਨਰ ਹੈ ਜਿਹਦਾ ਇੱਕ ਤੋਂ ਵੀ ਰਹਿ ਗਿਆ ਉਹ ਕੀ ਹੈ ਹਾਰ ਗਿਆ ਹਾਂ ਹਾਰ ਗਿਆ ਠੀਕ ਹੈ ਜੀ ਸਾਡੀ ਅੱਜ ਇਹ ਕੰਪੀਟੀਸ਼ਨ ਚੱਲ ਰਿਹਾ ਆਪਸ ਵਿੱਚ ਔਰ ਚੈਲੰਜ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਗੱਲ ਮੈਂ ਹੋਰ ਕਹਿਣਾ ਚਾਹਨੀ ਹਾਂ ਕਿ ਜਿਹੜੇ ਗੋਲਗੱਪੇ ਆ ਇਹ ਅਸੀਂ ਘਰ ਹੀ ਤਿਆਰ ਕੀਤੇ ਆ ਤੇ ਜਿਹੜੇ ਗੋਲਗੱਪਿਆਂ ਵਾਲੀ ਜਿਹੜੀ ਵੀਡੀਓ ਨਾ ਰੈਸਪੀ ਵਾਲੀ ਵੀਡੀਓ ਉਹ ਆਪਾਂ YouTube ਵਿੱਚ ਪਹਿਲਾਂ ਪਾ ਚੁੱਕੇ ਆ ਔਰ ਜੇ ਤੁਸੀਂ ਦੁਬਾਰਾ ਉਸ ਵੀਡੀਓ ਨੂੰ ਦੇਖਣਾ ਚਾਹੁੰਦੇ ਆ ਤੇ ਅਸੀਂ ਉਹਦਾ ਲਿੰਕ ਹੈ ਨਾ ਜਾਂ ਉਹ ਡਿਸਕ੍ਰਿਪਸ਼ਨ ਬਾਕਸ ਵਿੱਚ ਦੇ ਦਾਂਗੇ ਤੇ ਤੁਸੀਂ ਦੇਖ ਸਕਦੇ ਹੋ ਹੋਮਮੇਡ ਗੋਲਗੱਪਾ ਬੜੇ ਆਸਾਨ ਹੈ ਬਣਾਣੇ ਘਰ ਹੀ ਬਣਾਏ ਸੀ ਹਾਂ ਬਹੁਤ ਮਜ਼ਾ ਆਇਆ ਜਦੋਂ ਬਣਾਏ ਵੀ ਆਪਾਂ ਰਲੇ ਮਿਲ ਕੇ ਦੋਨੇ ਬਣਾਏ ਸੀ ਬਹੁਤ ਮਜ਼ਾ ਆਇਆ ਤੁਸੀਂ ਅਗਰ ਦੇਖੋਗੇ ਨਾ ਉਸ ਵੀਡੀਓ ਨੂੰ ਤੇ ਘਰ ਤੁਸੀਂ ਆਪ ਵੀ ਇੱਕ ਵਾਰ ਟਰਾਈ ਕਰਕੇ ਦੇਖੋ ਗੋਲਗੱਪੇ ਬਣਾਣੇ ਬਹੁਤ ਆਸਾਨ ਹੈ ਠੀਕ ਹੈ ਉਹ ਇਹਨਾਂ ਨੇ ਕਹਿਤਾ ਕਿ ਡਿਸਕ੍ਰਿਪਸ਼ਨ ਵਿੱਚ ਅਸੀਂ ਇਹਦਾ ਲਿੰਕ ਦੇ ਦਾਂਗੇ ਜਿਹੜਾ ਦੇ ਦਾਂਗੇ ਤੁਸੀਂ ਦੇਖ ਸਕਦੇ ਇਸੇ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਹਾਂਜੀ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਇਸ ਦਾ ਮਤਲਬ ਹੁਣ ਆਪਾਂ ਪਹਿਲਾਂ ਕਰੀਏ ਸਟਾਰਟਿੰਗ ਤੇ ਟਾਈਮ ਨਾ ਖਰਾਬ ਕਰਦੇ ਹੋਏ ਚਲੋ ਤੇ ਆਪਾਂ ਕਰਨ ਲੱਗੇ ਹਾਂ ਹੁਣ ਜਿੱਦਾਂ ਕਿ ਮੈਂ ਦੱਸ ਚੁੱਕੀ ਹੈ ਕਿ ਪਹਿਲੇ ਪਲੇਟ ਕੌਣ ਖਾਲੀ ਕਰਦਾ ਠੀਕ ਹੈ ਚਲੋ ਰੈਡੀ 1 2 3 ਸਟਾਰਟ ਇਹ ਕਰ ਨਾ ਦੋ ਹੱਥਾਂ ਕਰਨੇ ਆ ਮਰਜ਼ੀ ਆ ਭਰ ਭਰ ਕੇ ਖਾਣੇ ਜੀ ਮੈਡਮ ਜੀ ਇਹ ਨਹੀਂ ਕੁੱਤੇ ਤੁਰ ਤੁਰ ਖਾਈ ਜਾਣੇ ਦੇਖੋ
ਖੁਸ਼ ਹੈ ਤੁਸੀਂ ਖਾਣ ਪੀਣ ਦੇ ਬਾਅਦ ਨੰਬਰ ਪਰ ਚੱਲ ਰਹੇ ਹੈ ਮੈਂ ਖੁਸ਼ ਹੈ ਪਰ ਮੈਂ ਭੁੱਲ ਗਿਆ ਸੀ ਆ ਕਿ ਜਿਹੜੀ ਇਹ ਡਿਸ਼ ਹੈ ਨਾ ਮੇਨ ਇਹ ਹੈਗੀ ਹੈ ਐਕਚੁਅਲੀ ਲੇਡੀਜ਼ ਦੀ ਲੇਡੀਜ਼ ਕਿਦਾਂ ਪਿਛੇ ਰਹਿ ਸਕਦੀਆਂ ਵਿਆਹ ਸ਼ਾਦੀਆਂ ਵੀ ਦੇਖਿਆ ਹੋਣਾ ਕਿੱਦਾਂ ਲਾਈਨਾਂ ਲੱਗੀਆਂ ਖਾਣ ਪੀਣ ਵਾਲੀ ਜਗ੍ਹਾ ਨਹੀਂ ਲਾਈਨਾਂ ਲੱਗੀਆਂ ਹੁੰਦੀਆਂ ਜਿੱਥੇ ਗੋਲ ਗੱਫੇ ਵਿੱਚ ਜਨਾਨੀਆਂ ਤੇ ਕੁੜੀਆਂ ਦੀ ਲਾਈਨਾਂ ਲੱਗੀਆਂ ਹੁੰਦੀਆਂ ਤੇ ਫਿਰ ਕਿੱਦਾਂ ਪਿਛੇ ਰਹਿ ਸਕਦੇ ਸੀ ਪਰ ਮੇਰੇ ਬਾਕੀ ਨੂੰ ਲੱਗਦਾ ਮਿਰਚ ਮੁਰਚ ਜ਼ਿਆਦਾ ਪਈ ਹੈ ਮੈਨੂੰ ਲੱਗਦਾ ਨਹੀਂ ਨਹੀਂ ਸੇਮ ਸੀਗੇ ਇਦਾਂ ਨਹੀਂ ਕੋਈ ਗੱਲ ਸੀ ਸੇਮ ਹੀ ਸੀਗੇ ਦੋਨੋਂ ਕੀ ਪਤਾ ਹੈ ਮੇਰਾ ਮੂੰਹ ਥੋੜਾ ਨਾ ਸੌਫਟ ਹੈ ਅੰਦਰਲੇ ਪਾਸੋਂ ਪਹਿਲਾਂ ਦੋ ਤਿੰਨ ਮੈਂ ਤੇਜ਼ ਖਾਦੇ ਸੀਗੇ ਉਹਨਾਂ ਪਤਾ ਕਿ ਵੱਡਿਆ ਗਿਆ ਥੋੜਾ ਜੀਭ ਤੋਂ ਮੇਰੇ ਉਹਨਾਂ ਮੇਰੀ ਸਪੀਡ ਸਲੋ ਹੋ ਗਈ ਖਾਣ ਦੀ ਹੋ ਗਈ ਮੈਂ ਸੋਚਦੀ ਪਈ ਹਾਂ ਮੈਚ ਦਾ ਵਿਨਰ ਹੈ ਤੁਸੀਂ ਹਾਰ ਗਏ ਹਾਂ ਫੇਰ ਇਹਦਾ ਕੀ ਗੱਲ ਹੈ ਇਹ ਹਾਰ ਜੇ ਤਾਂ ਹੁੰਦੀ ਰਹਿੰਦੀ ਹੈ ਮੈਂ ਸੋਚਦੀ ਪਈ ਥੋੜਾ ਜਿਹਾ ਨਾ ਤੁਹਾਡਾ ਦਿਮਾਗ ਜਿਹੜਾ ਨਾ ਉਹ ਤੇਜ਼ ਕੀਤਾ ਜਾਏ ਹੋਰ ਜਵਾਨ ਜਵਾਨ ਤੇਜ਼ ਹੋਣੀ ਹੈ ਨਾਲ ਖਾਣ ਪੀਣ ਦੇ ਮਰ ਗਿਆ ਨਾ ਜਵਾਨ ਨਹੀਂ ਦਿਮਾਗ ਥੋੜਾ ਜਿਹਾ ਤੇਜ਼ ਕੀਤਾ ਜਾਵੇ ਨਹੀਂ ਦਿਮਾਗ ਮਤਲਬ ਸਮਝਿਆ ਨਹੀਂ ਇਹ ਤਾਂ ਖਾਣ ਪੀਣ ਦੀ ਗੱਲ ਹੈ ਮੈਂ ਸੋਚਦੀ ਪਈ ਕਿ ਨਾ ਤੁਸੀਂ ਨਾ ਉਸ ਦਿਨ ਮੁਰਗਾ ਚੈਨ ਦੱਸਿਆ ਸੀ ਨਾ ਜੇ ਮੁਰਗਾ ਪਨਿਸ਼ਮੈਂਟ ਤੁਹਾਨੂੰ ਮਿਲੀ ਸੀ ਕਿ ਬੜਾ ਨਾ ਦਿਮਾਗ ਤੇਜ਼ ਹੁੰਦਾ ਉਹ ਸਰਕਲ ਘੁੰਮਦਾ ਦਿਮਾਗ 'ਚ ਘੁੰਮਦਾ ਆਪ ਘੁੰਮਦਾ ਹੈ ਮੈਂ ਚਾਹਦੀ ਥੋੜਾ ਜਿਹਾ ਹੋਰ ਤੇਜ਼ ਕੀਤਾ ਜਾਏ ਇਹ ਪਨਿਸ਼ਮੈਂਟ ਹੈ ਨਾ ਜਿਹੜੀ ਤੁਹਾਡੀ ਉਹ ਮੁਰਗਾ ਬਣੋ ਦੁਬਾਰਾ ਥੋੜਾ ਦਿਮਾਗ ਤੇਜ਼ ਕਰੀਏ ਕਹਿੰਦਾ ਮੈਂ ਤੂੰ ਵੀ ਜਾਂਦੇ ਮੈਂ ਮੁਰਗਾ ਬਣਾ ਦਵਾਂ ਪਰ ਇੱਕ ਗੱਲ ਹੈ ਜਿਸ ਪਨਿਸ਼ਮੈਂਟ ਜਿਹੜੀ ਇੱਕ ਵਾਰੀ ਮੈਂ ਕਰ ਲਈ ਹੈ ਨਹੀਂ ਪਰ ਮੈਂ ਚਾਹਦੀ ਥੋੜਾ ਜਿਹਾ ਹੋਰ ਪਰ ਇਹਦੇ ਵਿੱਚ ਇਹ ਹੈ ਕਿ ਲਗਾਤਾਰ 5 ਮਿੰਟ ਤੁਹਾਨੂੰ ਮੁਰਗਾ ਬਣਨਾ ਹੈ ਮੈਂ ਨਹੀਂ ਬਣਨਾ ਮੁਰਗਾ ਮੁਰਗਾ ਕਿਉਂਕਿ ਮੈਂ ਬਣ ਚੁੱਕਾ ਪਿਛਲੇ ਰੋਗਾਂ ਵਿੱਚ ਕੋਈ ਪਨਿਸ਼ਮੈਂਟ ਹੋਰ ਸੋਚ ਲਓ ਉਹ ਨਹੀਂ ਬਣਨਾ ਉਹ ਜੇ ਮੇਰੀਆਂ ਲੱਤਾਂ ਹਾਈ ਤਾਂ ਨਹੀਂ ਦਰਦ ਕਰਦੀਆਂ ਮੈਂ ਸਿੱਧੀ ਗੱਲ ਦੱਸਾਂ ਨਹੀਂ ਨਹੀਂ ਕੁਝ ਨਹੀਂ ਹੁੰਦਾ ਕੋਈ ਗੱਲ ਨਹੀਂ ਤੁਸੀਂ ਦੱਸਿਆ ਸੀ ਨਾ ਕਿ ਉਹ ਸਰਕਲ ਖੂਨ ਦਾ ਬੜਾ ਵਧੀਆ ਘੁੰਮਦਾ ਹੈ ਤੇ ਐਕਸਰਸਾਈਜ਼ ਵਧੀਆ ਹੋ ਜਾਂਦੀ ਹੈ ਦਿਮਾਗ ਦੀ ਕਾਫੀ ਬੈਨੀਫਿਟਸ ਹੈਗੇ ਉਹਨਾਂ ਪਰ ਉਦੋਂ ਕੋਈ ਇਹ ਨਹੀਂ ਸੀ ਟਾਈਮ ਨਹੀਂ ਸੀ ਕੋਈ ਵੀ ਟਾਈਮ ਲਿਮਟ ਨਹੀਂ ਸੀ ਕੋਈ ਵੀ ਪਰ ਹੁਣ ਮੈਂ ਚਾਹੁੰਦੀ 5 ਮਿੰਟ ਲਗਾਤਾਰ ਮੁਰਗਾ ਬਣੋ 5 ਮਿੰਟ ਕਿਉਂ ਮੈਂ ਮੇਰੇ ਕੋਲ ਉੱਤੇ ਮੇਰਾ 2 2.5 ਮਿੰਟ ਨਹੀਂ ਬਣਾਇਆ ਜਦ ਤੂੰ ਜਿੱਤ ਗਈ ਸੀ ਨਹੀਂ ਨਹੀਂ ਪਰ ਅੱਜ ਦੇਖੋ ਜਦੋਂ ਟੀਚਰ ਕੋਈ ਸਟੂਡੈਂਟ ਨੂੰ ਪਨਿਸ਼ਮੈਂਟ ਦਿੰਦਾ ਤੇ ਉਹ ਸਵੀਕਾਰ ਕਰਦਾ ਹੈ ਨਾ ਤੁਸੀਂ ਸਪੋਜ਼ ਕਰੋ ਅੱਜ ਮੈਂ ਤੁਹਾਡੀ ਟੀਚਰ ਹੈ ਤੇ ਤੁਸੀਂ ਮੇਰੇ ਸਟੂਡੈਂਟ ਹੈ ਹੁਣ ਜਿਹੜੀ ਤੁਹਾਨੂੰ ਸਟੂਡੈਂਟ ਨੇ ਟੀਚਰ ਨੇ ਦੇਤੀ ਨਾ ਪਨਿਸ਼ਮੈਂਟ ਉਹ ਤੁਹਾਨੂੰ ਸਵੀਕਾਰ ਕਰਨੀ ਪੈਣੀ ਹੈ ਤੇ ਕਰਨਾ ਲਗਾਤਾਰ 5 ਮਿੰਟ ਠੀਕ ਹੈ ਕਰ ਲਈ ਸਵੀਕਾਰ ਕਰ ਲਈ ਠੀਕ ਹੈ ਚਲੋ ਹੁਣ ਹੋ ਜਾਓ ਰੈਡੀ ਕਰਦੇ ਹਾਂ ਤਿਆਰੀ ਲੋ ਮੈਡਮ ਜੀ ਤੁਹਾਡਾ ਪਨਿਸ਼ਮੈਂਟ ਵਾਲਾ ਸਟੂਡੈਂਟ ਤਿਆਰ ਹੋ ਗਿਆ ਤੇ ਹੁਣ ਦੱਸੋ ਪਨਿਸ਼ਮੈਂਟ 5 ਮਿੰਟ ਤੁਸੀਂ ਮੁਰਗਾ ਬਣ ਕੇ ਰਹਿਣਾ ਨਹੀਂ 5 ਮਿੰਟ ਜ਼ਿਆਦਾ ਨਹੀਂ 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 5 ਮਿੰਟ ਤੋਂ ਨਹੀਂ ਘੱਟ ਸਕਦੇ 5 ਮਿੰਟ ਤੁਹਾਨੂੰ ਬਣਨਾ ਹੀ ਪੈਣਾ 5 ਮਿੰਟ ਬਹੁਤ ਜ਼ਿਆਦਾ ਹੈ ਜੇ ਹੋ ਗਏ ਰਹਿਣਾ ਨਾ ਤਾਂ ਮੁੱਛੇ ਐਦਾਂ ਐਦਾਂ ਮੁੱਛੇ ਜਦੋਂ ਬਣੂਗੇ ਨਾ ਫੇਰ ਦੱਸਾਂਗੇ ਤੁਹਾਨੂੰ ਜਲਦੀ ਸਟਾਰਟ ਕਰ ਹਾਂਜੀ ਪਰ 5 ਮਿੰਟ ਜ਼ਿਆਦਾ ਨਹੀਂ ਨਹੀਂ 5 ਮਿੰਟ ਘੱਟੋ ਘੱਟ ਚਾਹੀਦੇ 5 ਮਿੰਟ ਬਹੁਤ ਘੱਟ ਸਮਾਂ ਲੱਗਦਾ ਇਹਦਾ ਮਤਲਬ ਜਿਹੜੇ ਗੋਲ ਗੱਪੇ ਖਾਦੇ ਹੈ ਉਹ ਗੈਸ ਦੇ ਵਿੱਚ ਵੀ ਨਿਕਲਣਗੇ ਚਲੋ ਸਟਾਰਟ ਕਰਨ ਲੱਗਾ ਮਟਾ ਆਉਣ ਕਰੋ ਉੱਚੇ ਉੱਚੇ ਇੱਥੋਂ ਉੱਚੇ ਨਹੀਂ ਹੁੰਦਾ ਮੇਰੇ ਕੋਲ ਐਵੇਂ ਨਹੀਂ ਹੁੰਦਾ ਉੱਚੇ ਹੋਣਾ ਉੱਚੇ 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 ਸਹੀ ਹੈ ਖੈਰ ਮੈਨੂੰ ਲੱਗਦਾ ਡੰਡਾ ਚੱਕਣਾ ਹੀ ਪੈਣਾ ਇਹ ਜੋ ਡੰਡਾ ਪੈਣਾ ਨਾ ਆਇਆ ਡੰਡਾ ਆਇਆ ਡੰਡਾ ਪਿੱਛੇ ਛੇਤੀ ਹੋ ਉੱਚੇ 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 ਡੰਡਾ ਆਇਆ ਹਾਂ ਐਦਾਂ ਬੜਾ ਇੱਥੇ ਨਾ ਮਾਰੇ ਇੱਥੇ ਨਾ ਮੈਲਾ ਪਿਗੜ ਜਾ ਤਾਂ ਮੈਂ ਨੀਵੇਂ ਨਹੀਂ ਹੋਣਾ ਉੱਚੇ ਉੱਚੇ ਮੈਂ ਆਇਆ ਡੰਡਾ ਡੰਡਾ ਆਇਆ ਨੋ ਨੋ ਆਇਆ ਡੰਡਾ ਨੋ ਨੋ ਉੱਚੇ ਉੱਚੇ ਮੈਨੂੰ ਸਭ ਆਉਂਦੇ ਡੰਡੇ ਨਾਲ ਉੱਚੇ ਕਰਾਣੇ ਮੈਨੂੰ ਸਭ ਹੋ ਗਿਆ ਨਹੀਂ ਮੈਂ ਬਸ ਹੋਣ ਵਾਲੇ ਇਹ ਤੁਹਾਡੇ 5 ਮਿੰਟ 3 ਮਿੰਟ ਹੋ ਗਏ ਉੱਚੇ ਆਇਆ ਡੰਡਾ ਡੰਡੇ ਨਾਲ ਹੁੰਦੇ ਉੱਚੇ ਇਦਾਂ ਨਹੀਂ ਹੁੰਦੇ ਉੱਚੇ ਤੁਸੀਂ ਕਦੀ ਨਹੀਂ ਪੜੇ ਸੁਣਨੇ ਲੱਗਾ ਮੈਂ ਕਦੀ ਨਹੀਂ ਲੱਗਾ ਮੈਂ ਉੱਚੇ ਹੋ ਗਏ ਤੁਹਾਡੇ 5 ਮਿੰਟ ਹੋ ਗਏ 5 ਮਿੰਟ ਲੱਗ ਗਿਆ ਹੋ ਗਏ ਉੱਚੇ ਬਸ ਹੋ ਗਿਆ ਉੱਚਾ ਨੂੰ ਜਿੰਨਾ ਆਈ ਜੇ ਮੈਡਮ ਡੱਡਾ ਵੱਜ ਜਾਂਦਾ ਇੱਥੇ ਤੇ ਬੈਂਸ ਵਿਗੜ ਜਾਣਾ ਜੀ ਤੇ ਬਾਅਦ ਜੋ 3 ਦਿਨ ਲੱਗਣਾ ਹੈ ਪਰ ਬੈਂਸ ਲੱਗਣਾ ਹੁੰਦਾ ਸਮਝ ਗਿਆ ਨਹੀਂ ਠੀਕ ਹੈ ਬਹੁਤ ਮਿਹਰਬਾਨੀ ਤੁਹਾਡੀ ਹੈ ਤੁਸੀਂ ਮੇਰਾ ਡੰਡਾ ਨਹੀਂ ਮਾਰਿਆ ਮੈਂ ਹੁਣ ਇੱਥੇ ਜ਼ਿਆਦਾ ਨਹੀਂ ਕਰ ਸਕਦਾ ਪਰ ਅੱਜ ਤੋਂ ਬਾਅਦ ਮੈਂ ਨਾ ਮੁਰਗਾ ਪਨਿਸ਼ਮੈਂਟ ਕਦੀ ਵੀ ਨਾ ਕਰਾਂਗਾ ਤੇ ਮੈਂ ਨਾ ਆਉਣਾ ਤੇ ਨਾ ਕਰਨਾ ਚਾਹੇ ਮੈਨੂੰ ਨਾ
ਉੱਥੇ ਬੈਠੇ ਬੈਠੇ 10 ਦੇ ਤਾਂ 20 ਡੰਡੇ ਵੱਜਣ ਪਰ ਮੈਂ ਮੁਰਗਾ ਨਹੀਂ ਬਣਨਾ ਜੀ ਠੀਕ ਹੈ ਜੀ ਇਹ ਮੇਰਾ ਲਾਸਟ ਫਾਈਨਲ ਡਿਸੀਜਨ ਹੈ ਮੈਡਮ ਜੀ ਮੈਂ ਤੁਹਾਡਾ ਸਕੂਲ ਨੂੰ ਅੱਜ ਤੋਂ ਬਾਅਦ ਹੈਂਡ ਨਹੀਂ ਕਰਦਾ ਠੀਕ ਹੈ ਠੀਕ ਹੈ ਜੀ ਹੁਣ ਹੋ ਗਿਆ ਕੰਮ ਖਤਮ ਹੋ ਗਿਆ ਜੀ ਖਤਮ ਹੁਣ ਜਦ ਮੈਂ ਸਿੱਧਾ ਨਾ ਮੈਂ ਤੇਰੇ ਪਾਸੇ ਇਹ ਤਾਂ ਹੋ ਗਈ ਗੱਲ ਮੈਡਮ ਜੀ ਨਹੀਂ ਹੁਣ ਕੌਣ ਆ ਮੈਂ ਤੇਰਾ ਪਤਾ ਹੁਣ ਘਰ ਵਾਲਾ ਹੈ ਤੂੰ ਡੰਡੇ ਮਾਰਦੀ ਫਿਰਦੀ ਹੈ ਮੈਨੂੰ ਕਹਿੰਦੇ ਤੇਰਾ ਮੈਂ ਦੇਖ ਲਵਾਂ ਹੈ दिमाग इन्हें तेज होता पर ना रोज रोज नहीं दिमाग तेज करना चाहिए ना दिमाग बेनती करना है क्योंकि अहीं तां मेहनत करदे आं मेहनत दा फल तां तुसीं देणा ओ फल कितना देना वध तों वध वीडियो देखो ते दिखाओ प्लस सब तों ज्यादा इंपोर्टेंट है बस हुण सबसक्राइब करो ते कराओ वध चढ़ के सबसक्राइब करो प्लीज साडी मेहनत दा तां फल पाओ तुसीं क्योंकि सबसक्राइबरां दी ते साडे व्यू जो व्यू मतलब तुसीं देखदे हो वीडियो नूं शेयर करो शेयर करो और कोशिश करो देखण दी वीडियो पूरी फिर मिलांगे कुछ नवी वीडियो नवे आईडिया वीडियो पसंद आई तो लाइक शेयर कमेंट से चैनल सब्सक्राइब प्लीज जरूर करियो मिलांगे तुहानू नेक्स्ट वीडियो में तब बाय बाय बस खुश रहो खुश रहो।